ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸਾਡੇ ਮਨ ਨੂੰ ਉਸ ਅਗਾਹਲ ਪੁਰਖ ਵਾਹਿਗੁਰੂ ਜੀ ਦੇ ਨਾਲ ਪਿਆਰ ਪੈਦਾ ਹੋਵੇ ਪ੍ਰੇਮ ਪੈਦਾ ਹੋਵੇ ਅਸੀਂ ਵੀ ਗੁਰਬਾਣੀ ਪੜ੍ਹੀਏ ਨਾਮ ਜਪੀਏ ਸਿਮਰਨ ਕਰੀਏ ਸਾਰਾ ਸਾਰਾ ਦਿਨ ਇਹ ਜੀਭਾ ਇਹ ਟੰਗ ਜਿਹੜੀ ਹੈ ਬੋਲ ਬੋਲ ਕੇ ਬੋਲ ਬੋਲ ਕੇ ਐਵੇਂ ਆਪਣਾ ਸਮਾਂ ਬੇਅਰਥ ਗਵਾ ਦਿੰਦੀ ਹੈ ਪਰ ਜੇ ਕਿਤੇ ਨਾਮ ਜਪਦੀ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਸ ਨੂੰ ਸ਼ਾਂਤੀ ਆਉਣ ਲੱਗ ਪਵੇ ਸੁੱਖ ਮਿਲ ਜਾਵੇ ਜਿਹੜੇ ਸੁੱਖ ਮਾਇਆ ਵਿੱਚੋਂ ਲੱਭਦਾ ਹੈ ਉਹ ਨਹੀਂ ਲੱਭਦੇ ਹੁੰਦੇ ਪੁੱਤਰ ਕਲਤਰ ਲక్ష్ਮੀ ਮਾਇਆ ਇਨ ਤੇ ਕਹੋ ਕਮਨ ਸੁਖ ਪਾਇਆ ਭਲਾਈ ਨਾਲ ਵਿੱਚੋਂ ਮੈਂ ਕਦੀ ਕੋਈ ਸੁਖ ਮਿਲਿਆ ਕਦੀ ਸੁਖ ਨਹੀਂ ਮਿਲਦਾ ਸੁਖ ਸਤਗੁਰ ਸਰਣੀ ਐ ਮੇਰੇ ਮਨਾਂ ਦੇ ਕੋਈ ਸੁਖ ਲੈਣਾ ਹੈ ਤਾਂ ਵਾਹਿਗੁਰੂ ਜੀ ਨਾਲ ਆਕਾਲ ਪੁਰਖ ਜੀ ਨਾਲ ਪਰਮੇਸ਼ਰ ਨਾਲ ਜੁੜਿਆ ਕਰ ਤੇ ਪਰਮੇਸ਼ਰ ਨਾਲ ਜੋੜੇਗੀ ਤੈਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੰਨੀ ਵੀ ਪਵਿੱਤਰ ਗੁਰਬਾਣੀ ਹੈ ਰੱਬ ਨਾਲ ਜੋੜਦੀ ਹੈ ਵਾਹਿਗੁਰੂ ਨਾਲ ਜੋੜਦੀ ਹੈ ਦੁਨੀਆਂ ਨਾਲ ਉਹਨਾਂ ਕੋ ਜੁੜਨ ਵਾਸਤੇ ਹੁਕਮ ਕਰਦੀ ਹੈ ਜਿਹਦੇ ਨਾਲ ਜਿੰਨੇ ਕ ਸਵਾਸ ਆਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੇ ਹਨ ਜਿਨ੍ਹਾਂ ਕ ਸਮਾਂ ਜ਼ਿੰਦਗੀ ਦਿੱਤੀ ਹੈ ਉਹਨਾਂ ਸਮਾਂ ਸੋਣਾ ਨੰਗ ਜਾਵੇ ਹਸਦੇ ਆਂ ਖੇਲਦੇ ਆਂ ਪੈਣਨਦੇ ਆਂ ਵਿੱਚੇ ਹੋਵੇ ਮੁਕਤ ਹੱਸਦੇ ਆਂ ਖੇਡਦੇ ਆਂ ਨਾਮ ਜਪਦੇ ਆਂ ਕਿਰਤ ਕਮਾਈ ਕਰਦੇ ਆਂ ਸਿਮਰਨ ਕਰਦੇ ਆਂ ਜਿਹੜੇ ਜ਼ਿੰਦਗੀ ਦੇ ਦਿਨ ਦਿਨ ਹਨ ਉਹ ਨੰਗ ਜਾਣ ਪਰ ਭਲੇਖਾ ਪਾਲ ਲਿਆ ਹੈ ਮਨ ਵਿੱਚ ਕਿ ਦੁਨੀਆ ਸੱਚੀ ਹੈ ਹਲੇ ਕੇ ਸਤਗੁਰਾਂ ਨੇ ਆਖਿਆ ਹੈ ਨਵੇਂ ਪਾਤਸ਼ਾਹ ਜੀ ਨੇ ਮੇਂ ਫਰਮਾਇਆ ਹੈ ਪਹਿਲੇ ਪਾਤਸ਼ਾਹ ਜੀ ਨੇ ਸਾਰੇ ਸਤਗੁਰਾਂ ਨੇ ਹੁਕਮ ਕੀਤੇ ਹਨ ਕਿ ਦੁਨੀਆ ਸੁਪਨਾ ਹੈ ਜਗ ਜੀਵਨ ਐਸਾ ਸੁਪਨੇ ਜੈਸਾ ਪਰ ਜਿਹੜਾ ਹੁਣ ਸੁਪਨੇ ਨਾਲ ਹੀ ਜੁੜ ਜਾਵੇ ਜਦੋਂ ਜਾਗ ਆਵੇਗੀ ਜਦੋਂ ਜਾਗ ਆਵੇਗੀ ਉਹਨੂੰ ਕੀ ਲੱਭਣਾ ਹੈ ਕੁਝ ਨਹੀਂ ਲੱਭਣਾ ਸਤਗੁਰ ਜੋ ਹੁਕਮ ਕਰਦੇ ਹਨ ਜਿਸ ਦੀ ਏਕਾਇਆ ਹੈ ਜਿਸਦਾ ਇਹ ਸਰੀਰ ਹੈ ਜਿਸ ਦੀ ਇਹ ਦੇਹ ਹੈ ਜਿਸ ਮਾਲਕ ਨੇ ਆਉਣ ਲੱਗਿਆਂ ਵੀ ਗੱਲ ਚੋਲਾ પાਕੇ ਭੇਜਿਆ ਹੈ ਕਿ ਇਸ ਚੋਲੇ ਨੂੰ ਦਾਗ ਨਾ ਲੱਗ ਜਾਵੇ ਕੋਈ ਐਸਾ ਕੰਮ ਨਾ ਕਰੇ ਦੁਨੀਆ ਤੇ ਜਿਹਦੇ ਨਾਲ ਆ ਬਾਡੀ ਰੂਪੀ ਦੇਵ ਰੂਪੀ ਤਨ ਰੂਪੀ ਸਰੀਰ ਰੂਪੀ ਚੋਲੇ ਤੇ ਕੋਈ ਦਾਗ ਲੱਗ ਜਾਵੇ ਵਾਹਿ ਗੁਰੂ ਜੀ ਨੇ ਸਰੀਰ ਨੂੰ ਮੀ ਪੁੱਛ ਲੈਣਾ ਹੈ ਇਹ ਸਰੀਰਾ ਮੇਰੇ ਆ ਇਸ ਜਾਗਮ ਹੈ ਆਇ ਕਹਿ ਕਿ ਆ ਤਦ ਕਰਮ ਕਮਾਇਆ ਦੁਨੀਆ ਤੇ ਆ ਕੇ ਤੂੰ ਕਿਹੜਾ ਕਰਮ ਚੰਗਾ ਕੀਤਾ ਹੈ ਜਾਂ ਮੰਦਾ ਕੀਤਾ ਹੈ ਉਹ ਵੀ ਸਤ ਗੁਰਾਂ ਨੇ ਜਦੋਂ ਕਰਮਾਂ ਦਾ ਹਿਸਾਬ ਹੋਇਆ ਸਭ ਦੇਖ ਲੈਣਾ ਹੈ ਕਰਮੀ ਆਪੋ ਆਪਣੀ ਪੁੱਤਰਾਂ ਦੀ ਆਪਣੀ ਧੀਆਂ ਦੀ ਆਪਣੀ ਸਾਥ ਸੰਬੰਧੀਆਂ ਦੀ ਆਪਣੀ ਮਿੱਤਰਾਂ ਭਾਈਆਂ ਦੀ ਆਪਣੀ ਜੋ ਜੋ ਵੀ ਨਾਲ ਜੁੜਿਆ ਹੋਇਆ ਹੈ ਸਭ ਦੀ ਕਰਮੀ ਆਪੋ ਆਪਣੀ ਹੈ ਸਭ ਦੇ ਕਰਮ ਆਪੋ ਆਪਣੇ ਹਨ ਤੇ ਜਿਹੜੇ ਜਿਹੜੇ ਕਰਮ ਬੰਦਾ ਬੀਜਦਾ ਹੈ ਬੰਦੀ ਬੀਜਦੀ ਹੈ ਉਹਦਾ ਫਲ ਆਉਂਦਾ ਵੀ ਲਾਜ਼ਮੀ ਹੈ ਸਾਹਮਣੇ ਕਈ ਵਾਰੀ ਬੁੱਢੇਪੇ ਤੱਕ ਪਹੁੰਚਦੇ ਆ ਪਹੁੰਚਦੇ ਆ ਸਾਰਾ ਖੇਤ ਉਗ ਪੈਂਦਾ ਹੈ ਵਟ ਵੀ ਹੈਵ ਡਨ ਇਨ ਥਿਸ ਵਰਲਡ ਗੁੱਡ অর ਬੈਡ ਇਨ 올 ਡੇਜ ਜਦੋਂ ਬੁੱਢੇ ਪਾਉਂਦਾ ਹੈ ਇਟਸ ਫਰੂਟ ਜਿਹੜਾ ਇਹਦਾ ਫਲ ਹੈ ਕਿਉਂਕਿ ਹਰ ਕਰਮ ਦਾ ਫਲ ਹੈ ਫਲ ਲੱਗਦੇ ਹਨ ਸਾਰਿਆਂ ਕਰਮਾਂ ਨੂੰ ਵੜਨੇ ਵੀ ਪੈਂਦੇ ਹਨ ਆਪੇ ਬੀਜ ਆਪੇ ਹੀ ਖਾਹੋ ਜਿਵੇਂ ਜਿਵੇਂ ਉਮਰ ਢਲਦੀ ਜਾਂਦੀ ਹੈ ਇਟਸ ਫਰੂਟ ਵਿਲ ਬੀ ਫਾਊਂਡ ਇਨ 올ਡ ਏਜ ਤੇ ਕਈ ਵਾਰੀ ਅੱਗੇ ਜਾ ਕੇ ਫਲ ਮਿਲਦਾ ਹੈ ਕਈ ਵਾਰੀ ਇੱਥੇ ਮਿਲ ਜਾਂਦਾ ਹੈ ਭੁੱਲ ਜਾਂਦਾ ਹੈ ਬੰਦਾ ਇਹ ਤੇ ਬੀਜ ਮੇਰੇ ਆਪਣੇ ਹੀ ਬੀਜੇ ਹੋਏ ਹਨ ਲੱਭ ਪੈਂਦੇ ਹਨ ਸਾਹਮਣੇ ਆ ਜਾਂਦੇ ਜਾਂਦੇ ਹਨ its fruit will be found in old age and even after death ਤਾਈਓ ਸਤਗੁਰਾਂ ਨੇ ਸਮਝਾਇਆ ਹੈ ਕਰਮ ਚੰਗੇ ਕਰੋ ਕਰਮਾਂ ਉੱਪਰ ਨਿਭੜੈ ਅਕਾਲ ਪੁਰਖ ਜੀ ਦੇ ਵਾਹਿਗੁਰੂ ਜੀ ਦੇ ਡਰ ਵਿੱਚ ਰਵੋ ਜਿਵੇਂ ਸੂਰਜ ਡਰ ਵਿੱਚ ਰਹਿੰਦਾ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਉਹ ਕਰੋੜੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਆ ਡਾਣੇ ਆਕਾਸ਼ ਬੜੇ ਬੜੇ ਜੋਧੇ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ساری ਦੁਨੀਆ ਭੈ ਵਿੱਚ ਜਿੜ ਜਿੜੀ ਦੁਨੀਆ ਭੈ ਵਿੱਚ ਚਲਦੀ ਹੈ ਡਰ ਵਿੱਚ ਵਾਹਿਗੁਰੂ ਜੀ ਦੇ ਚਲਦੀ ਹੈ ਉਹ ਸਦਾ ਸੁਖੀ ਰਹਿੰਦੀ ਹੈ ਮਨੁੱਖ ਨੂੰ ਕਾਸ ਕਰਕੇ ਹੁਕਮ ਹੈ ਕਿ ਤੇਰਾ ਜਨਮ ਬੜਾ ਦੁਰਲਭ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਇਹ ਬਾਰ-ਬਾਰ ਨਹੀਂ ਲੱਭਣਾ ਹੋਤ ਨਾ ਬਾਰੰਬਾਰ ਜੋ ਬਨ ਫਲ ਪਾਕੇ ਭੋਏ ਗਿਰਹ ਬਹਰ ਨਾ ਲੱਗ ਹੈ ਢਾਰ ਅੰਬ ਟੁੱਟ ਜਾਣ ਅਦਵਾਨੇ ਟੁੱਟ ਜਾਣ ਕੋਈ ਵੀ ਫਲ ਜਿਹੜਾ ਲੱਗਾ ਹੋਇਆ ਹੈ ਜਦੋਂ ਟੁੱਟ ਜਾਂਦਾ ਹੈ ਡਾਲੀ ਨਾਲੋਂ ਮੁੜ ਕੇ ਨਹੀਂ ਲੱਗਦਾ ਨਾਲ ਇਹ ਦੇ ਵੀ ਇੱਕ ਵਾਰੀ ਜਦੋਂ ਮਾਨਸ ਜਨਮ ਦੀ ਡਾਲੀ ਨਾਲੋਂ ਟੁੱਟ ਗਈ ਮੁੜ ਕੇ ਇਹ ਜਨਮ ਫਿਰ ਛੇਤੀ ਨਹੀਂ ਮਿਲਦਾ ਕੀ ਪਤਾ ਕਦ ਆਵੇਗੀ ਵਾਰੀ ਕਦੋਂ ਵਾਰੀ ਕਿਤੇ ਆਵੇ ਇਸ ਕਰਕੇ ਜਦੋਂ ਤੱਕ ਉਮਰ ਨਹੀਂ ਮੁੱਕਦੀ ਉਹਨਾਂ ਚਿਰ ਜਪੀ ਸਤਨਾਮ ਸ੍ਰੀ ਵਾਹਿਗੁਰੂ ਜੋ ਸੱਚਾ ਨਾਮ ਹੈ ਆਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੂਰੀ ਦੁਨੀਆ ਦੇ ਵਿੱਚ ਜਪਾਇਆ ਹੈ ਸਤਨਾਮ 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 ਦਸਵੇਂ ਪਾਤਸ਼ਾਹ ਸਤਗੁਰਾਂ ਨੇ ਸਾਨੂੰ ਲਾਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਕਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਗੁਰੂ ਹੈ ਤੁਹਾਡੇ ਵਾਸਤੇ ਤੇ ਸਾਡੇ ਤੋਂ ਬਾਅਦ ਹੁਣ ਇਹ ਸ਼ਬਦ ਹੀ ਤੁਹਾਡਾ ਗੁਰੂ ਹੈ ਗੁਰਬਾਣੀ ਹੀ ਤੁਹਾਡੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਜੇ ਜੋ ਗੁਰਬਾਣੀ ਤੁਹਾਨੂੰ ਕਵੇ ਉਹਨਾਂ ਰਾਵਾਂ ਤੇ ਜਿਵੇਂ ਗੱਡੇ ਆਉਂਦੇ ਹਨ ਮੋਟਰਾਂ ਆਉਂਦੀਆਂ ਹਨ ਫਾਰਨ ਵਿੱਚ ਆ ਜਿਹੜੀਆਂ ਦੂਜੀਆਂ ਕੰਟਰੀਆਂ ਹਨ ਲਾਈਨਾਂ ਬਣੀਆਂ ਹੋਈਆਂ ਹਨ ਉਹਨਾਂ ਗੁਰਮੁਖ ਗਾਡੀ ਰਾਹ ਚੱਲਣ ਦਾ ਪ੍ਰਾਤਨ ਬੋਲੀ ਹੈ ਪਹਿਲੇ ਜਮਾਨੇ ਵਿੱਚ ਕੱਚੇ ਰਸਤੇ ਕੱਚੇ ਵੇ ਹੁੰਦੇ ਸਨ ਜਦੋਂ ਗੱਡੇ ਚੱਲਦੇ ਸਨ ਤੇ ਜਿੱਥੇ ਪਹੀਏ ਚੱਲਦੇ ਸਨ ਟਾਇਰ ਜਾਂ ਲੱਕੜ ਦੇ ਉਥੇ ਦਬਾ ਪੈ ਜਾਂਦਾ ਸੀ ਪਤਾ ਲੱਗਦਾ ਸੀ ਇਹਨਾਂ ਲੀਆਂ ਦੇ ਵਿੱਚ ਗੱਡੇ ਨੰਗਦੇ ਹਨ ਅੱਜ ਕੱਲ ਲਾਈਨਾ ਹਨ ਆਪੋ ਆਪਣੀ ਲਾਈਨਾ ਵਿੱਚ ਸਾਰੇ ਨੰਗਦੇ ਹਨ ਤੇ ਜਿਹੜੇ ਗੁਰਮੁਖ ਹਨ ਗੁਰੂ ਦੇ ਪਿਆਰੇ ਉਹ ਗੁਰੂ ਵਾਲੇ ਰਹਾਮਾਂ ਤੇ ਜੋ ਗੁਰੂ ਸਾਹਿਬ ਨੇ ਹੁਕਮ ਕੀਤੇ ਹਨ ਨਾਮ ਜਪੋ ਅਕਾਲ ਪੁਰਖ ਜੀ ਦਾ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਉਨਾਂ ਦੇ ਤੀਆਂ ਪੁੱਤਰ ਪਰਿਵਾਰ ਕੁਟੰਬ ਉਹਨਾਂ ਰਾਹਾਂ ਤੇ ਤੁਰਨ ਲੱਗ ਪੈਂਦੇ ਹਨ ਉਹ ਗੁਰਮੁਖ ਕੰਵਲਾਰੇ ਹੁੰਦੇ ਹੈ ਗੁਰਮੁਖ ਗਾਡੀ ਰਾਹ ਸਤਗੁਰਾਂ ਦੇ ਹੁਕਮ ਜਿੰਨੇ ਵੀ ਹਨ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਜੀ ਦਾ ਨਾਮ ਜਪਣ ਵਾਸਤੇ ਅਕਾਲ ਪੁਰਖ ਜੀ ਦੇ ਹੁਕਮ ਦੇ ਵਿੱਚ ਰਹਿਣ ਵਾਸਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਪਰਵਾਨ ਵੀ ਉਹੀ ਉਹ ਹੁੰਦੇ ਹਨ ਜਿਹੜੇ ਮਾਲਕ ਦੇ ਸਤਿਗੁਰਾਂ ਦੇ ਕਹੇ ਹੋਏ ਬਚਨਾਂ ਤੇ ਚੱਲਦੇ ਹਨ ਹੁਕਮ ਨੂੰ ਮੰਨ ਲੈਂਦੇ ਹਨ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ ਖਸਮੈ ਭਾਵੇ ਸੋ ਕਰੇ ਜੋ ਧੰਗੁਰ ਨਾਨਕ ਸਾਹਿਬ ਜਿਨੇ ਅਕਾਲ ਪੁਰਖ ਜੀ ਨੂੰ ਖਸਮ ਹੀ ਆਖਿਆ ਹੈ ਜੈਸੀ ਮ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਬਿਲਾ ਲੋ ਭਾਈ ਸਾਹਿਬ ਜੀ ਭਾਈ ਲਾਲੋ ਜੀ ਵਾਸਤੇ ਤੇ ਕਿਹਾ ਹੀ ਕਿਹਾ ਹੈ ਅੱਜ ਸਾਰੇਆਂ ਗੁਰਸਿੱਖਾਂ ਵਾਸਤੇ ਸਭਨਾਂ ਜੀਆਂ ਵਾਸਤੇ ਸਤਿਗੁਰਾਂ ਨੇ ਪਵਿੱਤਰ ਪਾਵਨ ਗੁਰਬਾਣੀ ਵਿੱਚ ਜੋ ਕੁਝ ਵੀ ਕਿਹਾ ਹੈ ਉਹ ਗਿਆਨ ਜਿਵੇਂ ਭਾਈ ਲਾਲੋ ਜੀ ਨੇ ਕਿਰਤਵਿਰਤ ਕਰਕੇ ਆਪ ਲਿਆ ਹੈ ਉਹ ਹੀ ਉਹ ਗਿਆਨ ਦੀ ਲੋੜ ਅੱਜ ਹੈ ਤਾਂ ਮਨ ਇਸ ਦੁਨੀਆ ਨਾਲੋਂ ਥੋੜਾ ਮੂੰਹ 모ੜੇਗਾ ਕਿਉਂਕਿ ਦੁਨੀਆ ਝੂਠੀ ਹੈ ਝੂਠੀ ਤਾਂ ਕਹੀ ਹੈ ਸਤਿਗੁਰਾਂ ਨੇ ਇਸ ਓਪਨ ਨੇ ਵਰਗੀ ਹੈ ਇਹ ਡ੍ਰੀਮ ਹੈ ਝੂਠੀ ਦੁਨੀਆ ਲੱਗ ਨਾ ਆਪ ਮਨ ਜਾਈਏ ਆਪਣਾ ਆਪ ਨਾ ਐਵੇਂ ਬਰਬਾਦ ਕਰ ਲਈਏ ਜਿੱਥੇ ਹੋਰ ਇੰਨੇ ਬੰਦਾ ਕੰਮ ਕਰਦਾ ਹੈ ਇੱਕ ਕੜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੁਝ ਮਿੰਟਸ ਸਿਮਰਨ ਕਰ ਲਵੇ ਤਾਂ ਮਨ ਜੁੜਿਆ ਰਹਿੰਦਾ ਹੈ ਆਪਣੇ ਗੁਰੂ ਦੇ ਨਾਲ ਕਬੀਰ ਇੱਕ ਘੜੀ ਇੱਕ ਘੜੀ ਕਰ ਲਵੇ ਜੀ ਉਹ ਵੀ ਨਹੀਂ ਹੁੰਦਾ ਤੇ ਆਧੀ ਘੜੀ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਉਹਦੇ ਨਾਲੋਂ ਵੀ ਆਧੀ ਕਰ ਲਵੇ ਘੰਟਾ ਨਹੀਂ ਜਪਿਆ ਜਾਂਦਾ ਅੱਧਾ ਘੰਟਾ ਜਪ ਲਵੇ ਅੱਧਾ ਘੰਟਾ ਨਹੀਂ ਜਪਿਆ ਜਾਂਦਾ 15 ਮਿੰਟ ਜਪ ਲਵੇ 1-2 ਮਿੰਟ ਜਪ ਲਵੇ ਜੇ ਉਹਨਾਂ ਵੀ ਟਾਈਮ ਨਹੀਂ ਤੇ 1 ਮਿੰਟ ਵਿੱਚ 60 ਸੈਕਿੰਡ ਹਨ ਕੁਝ ਸੈਕਿੰਡ ਹੀ ਜਪ ਲਵੇ ਆਖ ਦੇਵੇ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਘਰ ਦੀ ਯਾਦ ਤੇ ਰਵੇ ਮਾੜੀ ਮੋਟੀ ਕਿੱਥੋਂ ਮੈਂ ਆਇਆ ਹਾਂ ਕਿੱਥੇ ਜਾਣਾ ਹੈ ਇਹ ਦੇਹ ਕਿਸ ਦੀ ਹੈ ਦੁਨੀਆ ਤੇ ਕੋਈ ਜ਼ਮੀਨ ਖਰੀਦੋ ਬੰਦਾ ਢੂੰਡਦਾ ਹੈ ਇਹ ਜ਼ਮੀਨ ਜਿਹੜੀ ਹੈ ਇਹ ਤਾਂ ਰਜਿਸਟਰੀ ਕਰਵਾ ਲਵਾਂਗੇ ਆਪਾਂ ਲੈ ਲਵਾਂਗੇ ਪਰ ਪਹਿਲਾਂ ਪਤਾ ਕਰੋ ਇਹ ਜ਼ਮੀਨ ਹੈ ਕਿ ਦੀ ਇਹਦਾ ਮਾਲਕ ਅਸਲ ਮਾਲਕ ਕੌਣ ਹੈ ਢੂੰਡ ਢੂੰਡ ਕੇ ਪੂਰੀ ਪੜਤਾਲ ਕਰਕੇ ਮੁੜ ਕੇ ਉਹ ਜ਼ਮੀਨ ਕੋਈ ਵੀ ਹੋ ਵੇ ਖੇਤਾਂ ਦੀ ਹੋਵੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਅਕਸਰ ਕਿਹਾ ਜਾਂਦਾ ਹੈ ਇਹਦਾ ਅਸਲ ਮਾਲਕ ਲਭੋ ਕਿਹੜਾ ਹੈ ਟੋਂਡ ਟੋਂਡ ਕੇ ਜਦੋਂ ਮਨ ਨੂੰ ਪਰੋਸਾ ਹੋ ਜਾਂਦਾ ਹੈ ਇਹ ਵਾਕਿਆ ਇਹ ਕਿਸੇ ਦਾ ਕਬੂਜਾ ਕੁੱਬਜਾ ਨਹੀਂ ਹੈ ਇਹਦਾ ਅਸਲ ਮਾਲਕ ਇਹ ਹੈ ਉਹਨੂੰ ਮਿਲिए ਉਨੋਂ ਮਿਲ ਕੇ ਤੇ ਫਿਰ ਉਹ ਟੁਕੜਾ ਜਿਹੜਾ ਹੈ ਧਰਤੀ ਦਾ ਬੰਦਾ ਆਪਣੇ ਨਾਂ ਕਰਵਾ ਲੈਂਦਾ ਹੈ ਇਹ ਜ਼ਮੀਨ ਜਿਵੇਂ ਹੈ ਤੇਵੇਂ ਇਹਦੇ ਵੀ ਇੱਕ ਜ਼ਮੀਨ ਹੈ ਇਹਦੇ ਅਸਲ ਮਾਲਕ ਉੰਜ ਮਾਲਕ ਦੁਨੀਆ ਤੇ ਪਤਾ ਨਹੀਂ ਕਿੰਨੇ ਕਿਸ ਜ਼ਮੀਨ ਦੇ ਬਣ ਗਏ ਹਨ ਪਤਾ ਹੀ ਨਹੀਂ ਲੱਗਦਾ ਪਾਣੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਅਸਲ ਨੂੰ ਟੁੰਡੋ ਜੋ ਅਸਲ ਇਸ ਦੇ ਰੂਪੀ ਜ਼ਮੀਨ ਦੇ ਮਾਲਕ ਹਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਉਹਨਾਂ ਨੂੰ ਟੁੰਡੋ ਜਿਨ੍ਹਾਂ ਦੀ ਇਹ ਅਸਲ ਜ਼ਮੀਨ ਹੈ ਆ ਜਿਹੜੀ ਬਾਡੀ ਹੈ ਆ ਜਿਹੜੀ ਧਰਤੀ ਹੈ ਆ ਜਿਹੜਾ ਸਰੀਰ ਹੈ بڑے ਮਾਲਕ ਬਣ ਗਏ ਹਨ ਇਸ ਧਰਤੀ ਦੇ ਜਿਵੇਂ ਕਬਜੇ ਤੇ ਜਮੀਨਾ ਹੁੰਦੀਆਂ ਹਨ ਭੁੱਲ ਜਾਂਦੇ ਹਨ ਸਭ ਕੁਝ ਇਹ ਜੜੀਆਂ ਦੇ ਹਨ ਤਨ ਹਨ ਸਰੀਰ ਹਨ ਪਤਾ ਨਹੀਂ ਕਿੰਨੇ ਕਿੰਨੇ ਕਬਜਾ ਇਸਤੇ ਕਰ ਲਿਆ ਹੈ ਤੇ ਜਿਹਦੀ ਇਹ ਜਮੀਨ ਹੈ ਜਿਹਦੀ ਇਹ ਬਾਡੀ ਹੈ ਜਿਹਦੀ ਇਹ ਧਰਤੀ ਹੈ ਜਿਹਦਾ ਇਹ ਤਨ ਹੈ ਜਿਹਦਾ ਮਨ ਹੈ ਉਹਦਾ ਪਤਾ ਹੀ ਕੋਈ ਨਹੀਂ ਗੁਰਬਾਣੀ ਪੜਾਂਗੇ ਤੇ ਉਹ ਸਾਨੂੰ ਹੁਕਮ ਕਰੇਗੀ ਕਿ ਤੁਹਾਡੇ ਮਾਲਕ ਅਕਾਲ ਪੁਰਖ ਹਨ ਆਦ ਵਿੱਚ ਵੀ ਮੱਧ ਵਿੱਚ ਵੀ ਅੰਤ ਵਿੱਚ ਵੀ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਹਨਾਂ ਦਾ ਨਾਮ ਜਪਣਾ ਹੈ ਤਾਈਓ ਗੁਰਬਾਣੀ ਨੂੰ ਪੜੀਦਾ ਹੈ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਤੇ ਜਿਹੜੇ ਸੇਵਕ ਹਨ ਦੇ ਦੇਲੋਂ ਸੇਵਾ ਕਰਦੇ ਹਨ ਉਹ ਮੰਨਦੇ ਹਨ ਉਹ ਜਪਦੇ ਰਹਿੰਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਉਹ ਪਹਿਲੇ ਪਾਤਸ਼ਾਹ ਜਿਹਦੇ ਹੁਕਮ ਜਿਹੜੇ ਹਨ ਉਹਨਾਂ ਦਾ ਸਤਕਾਰ ਕਰਦੇ ਹਨ ਸਲੋਕ झा लागे उठ नाम जप निस बासुर आराध अमृत बेले झा लागे उठे आकर उठे स्नान कर हो प्रभाते सोए हर आराधे झा लागे उठ नाम जप ਅੰਮ੍ਰਿਤ ਵੇਲੇ ਉੱਠ ਕੇ ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਨੇ ਸਬਾ ਸਰ ਵਾਰਾਧ ਨੇ ਸਰਾਤ ਨੂੰ ਬਾਸਰ ਦਿਨ ਵੇਲੇ ਕੰਮ ਤੰਦੇ ਕਰਦੇ ਆਂ ਦੁਰਦੇ ਆਂ ਫਿਰਦੇ ਆਂ ਆਥਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਥੋੜਾ ਥੋੜਾ ਵੀ ਕਹਿੰਦਾ ਰਵਾਂਗਾ ਇਹ ਤੇਰੀ ਮਾਲਾ ਬਣ ਜਾਵੇਗੀ ਬਣ ਜਾਵੇਗੀ ਹਰ ਹਰ ਅੱਖਰ ਇਹ ਦੋਇ ਮਾਲਾ ਕਾ ਰਹਾ ਤੁਜੈ ਨਾ ਵਿਆਪਈ ਤੇਰੀਆਂ ਚਿੰਤਾਵਾਂ ਮੁੱਕ ਜਾਣਗੀਆਂ ਨਾਨਕ ਮਿਟੈ ਉਪਾਦ ਝਗੜੇ ਜਿਹੜੀਆਂ ਉਪਾਧੀਆਂ ਵਿੱਚ ਜ਼ਿੰਦਗੀ ਬਰਬਾਦ ਹੋ ਰਹੀ ਹੈ ਜਿਵੇਂ ਅੰਮਲੀ ਅਮਲ ਛੱਡ ਜਾਂਦਾ ਹੈ ਤੇਵੇਂ ਉਹ ਬੁਰੇ ਕਰਮ ਉਹ ਸੁਭਾਅ ਜਿਹੜਾ ਹੈ ਲੜਨ ਝਗੜਨ ਵਾਲਾ ਆਕਾਲ ਪੁਰਖ ਜੀ ਨੂੰ ਮੰਨਣ ਵਾਲਾ ਛੱਡ ਜਾਂਦਾ ਹੈ ਫਿਰ ਕੋਈ ਚਿੰਤਾ ਫਿਕਰ ਨਹੀਂ ਰਹਿ ਜਾਂਦਾ ਡਰ ਨਹੀਂ ਰਹਿ ਜਾਂਦਾ ਪੌੜੀ ਝੱਜਾ ਚੂਰਨ ਮਿਟੈ ਤੁਮਾਰੋ ਚੂਰਦਾ ਰਹਿੰਦਾ ਹੈ ਬੰਦਾ ਇਹ ਕਿਵੇਂ ਹੋਵੇਗਾ ਉਹ ਕਿਵੇਂ ਹੋਵੇਗਾ ਕੱਲ ਕੀ ਕਰਾਂਗਾ ਪਰਸੋਂ ਕੀ ਕਰਾਂਗਾ ਆਉਣ ਵਾਲਾ ਟਾਈਮ ਕਿਦਾਂ ਬੀਤੇਗਾ ਅੱਗੋਂ ਮੇਰੇ ਬੱਚੇ ਇਹਨਾਂ ਨੂੰ ਮੇਰੇ ਬਿਨਾਂ ਕੌਣ ਪਾਲੇਗਾ ਕਈ ਵਾਰੀ ਮਾਂ ਪਿਓ ਨੂੰ ਵੀ ਕਹਿ ਦਿੰਦੇ ਨੇ ਮੇਰਾ ਕੁਝ ਬਣਾ ਜਾਇਓ ਮੇਰਾ ਫਿਕਰ ਕਰਿਓ ਮੈਂ ਕਿਵੇਂ ਜ਼ਿੰਦਗੀ ਬਤੀਤ ਕਰਾਂਗਾ ਝੂਰਦਾ ਰਹਿੰਦਾ ਹੈ ਫਿਕਰਾਂ ਵਿੱਚ ਹੀ ਦਿਨ ਰਾਤ ਕੱਟਦਾ ਰਹਿੰਦਾ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਝੱਜਾ ਝੋਰਨ ਮਿਟੈ ਤੁਮਾਰੋ ਝੱਜੇ ਅਖਰ ਦੁਆਰਾ ਸਤਿਗੁਰੂ ਜੀ ਫਰਮਾਉਂਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ ਹੈ 255 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਕਹਿੰਦੇ ਨੇ ਤੇਰਾ ਸਾਰਾ ਮਨ ਦਾ ਚੋਰਾ ਮਿਟ ਜਾਵੇਗਾ ਜਿਵੇਂ ਦੂਜੇ ਵਿਹਾਰ ਕਰਦਾ ਹੈ ਕੰਮ ਕਰਦਾ ਹੈ ਇਦਾਂ ਕਦੀ ਵਾਹਿਗੁਰੂ ਦੇ ਰਾਮ ਦੇ ਨਾਮ ਦਾ ਕੰਮ ਵੀ ਕਰ ਲਿਆ ਕਰ ਇਸ ਜੀਵ ਬਨਾਲ ਕਦੀ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਰਾਮ ਨਾਮ ਸਿਉ ਕਰ ਬਿਵਹਾਰੋ ਜਿੱਦਾਂ ਦੂਜੇ ਵਪਾਰ ਕਰਦਾ ਹੈ ਬਿਜ਼ਨਸ ਕਰਦਾ ਹੈ ਖੱਟੀ ਖਟਦਾ ਹੈ ਕਦੀ ਸਤ ਅਦੀ ਖੱਟੀ ਵੀ ਖੱਟ ਲਿਆ ਕਰ ਸਤ ਕਹਿ ਖਟਿਆ ਦੁੱਖ ਨਹੀਂ ਪਾਇਆ ਜੇ ਸਤ ਦੀ ਖੱਟੀ ਵੀ ਖੱਟੇਗਾ ਜੇ ਜਪੇਗਾ ਸਤ ਨਾਮ ਸ੍ਰੀ ਵਾਹਿਗੁਰੂ ਤਾਂ ਤੈਨੂੰ ਕੋਈ ਦੁੱਖ ਨਹੀਂ ਮਿਲੇਗਾ ਜ਼ਿੰਦਗੀ ਸੁੱਖਾਂ ਨਾਲ ਚੱਲਣ ਲੱਗ ਪਵੇਗੀ ਤੇ ਦੇਮਨ ਮੁਖ ਬਣਾ ਰਿਹਾ ਮਨ ਦੇ ਪਿੱਛੇ ਲੱਗ ਕੇ ਰਾਤ ਦਿਨੇ ਚਿੰਤਾ ਫਿਕਰ ਚਿੰਤਾ ਫਿਕਰ ਚੋਰਾ ਹੀ ਲੱਗਾ ਰਿਹਾ ਉਹ ਚੋਰਾ ਤਾਂ ਲੱਗਦਾ ਹੈ ਤੂੰ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਸਤਿਗੁਰੂ ਨੂੰ ਭੁੱਲ ਜਾਂਦਾ ਹੈ ਸਾਖਤ ਬਣ ਜਾਣਾ ਹੈ ਝੂਰਤ ਝੂਰਤ ਸਾਖਤ ਮੂਆ ਰੱਬ ਵੱਲੋਂ ਸਮਝੋ ਕੇ ਟੁੱਟ ਜਾਂਦਾ ਹੈ ਮੂਆ ਇਸ ਪਾਸਿਓਂ ਮਨ ਸਮਝੋ ਮਰਿਆ ਲੱਗਦਾ ਹੈ ਮਰ ਜਾਂਦਾ ਹੈ ਕਿਤਾ ਹੀ ਨਹੀਂ ਆਉਂਦਾ ਮਾਲਕ ਦਾ ਕਿੰਨੇ ਮੈਨੂੰ ਮਾਂ ਦੀ ਕੁੱਖ ਵਿੱਚ ਪਾਲਿਆ ਕਿੰਨੇ ਮੈਨੂੰ ਮਾਨਸ ਜਨਮ ਦਿੱਤਾ ਭੁੱਲ ਭਲਾ ਗਿਆ ਸਾਖਤ ਬਣ ਗਿਆ ਸਤਿਗੁਰਾਂ ਨੇ ਹੁਕਮ ਵੀ ਕੀਤੇ ਹਨ ਸਾਖਤ ਨਿਰਗੁਣ ਆਰਿਆ ਆਪਣੇ ਆਪ ਦੀ ਪਛਾਣ ਕਰ ਤੂੰ ਕੌਣ ਸੀ ਕਿੰਨਾ ਕੁ ਸੀ ਪੁੱਠਾ ਲਟਕਿਆ ਹੋਇਆ ਜਦੋਂ ਤੈਨੂੰ ਮਾਨ ਨੇ ਜਨਮ ਦਿੱਤਾ ਉਦੋਂ ਵੀ ਤੂੰ ਕੀ ਹਾਲ ਸੀ ਤੇਰਾ ਡਰਿਆ ਕਰੋ ਸੁਮਾਲਕ ਤੋਂ ਨਾਮ ਜਪਿਆ ਕਰ ਚੰਗੇ ਕਰਮ ਕਰਿਆ ਕਰ ਸਾਖਤ ਨਾ ਬਣਿਆ ਕਰ ਰੱਬ ਨਾਲੋਂ ਦੂਰੀ ਨਾ ਪਾਇਆ ਕਰ ਰੱਬ ਨਾਲੋਂ ਦੂਰੀ ਕੀਤੀ ਆ ਪਰਮੇਸ਼ਰ ਨਾਲੋਂ ਟੁੱਟ ਜਾਈਦਾ ਹੈ ਮਰ ਜਾਈਦਾ ਹੈ ਚੋਰਤ ਚੋਰਤ ਸਾਖਤ ਮੁਆ ਤੇ ਪਰਮਾਤਮਾ ਵਾਹਿਗੁਰੂ ਜੀ ਵੱਲੋਂ ਭੁੱਲਿਆ ਹੋਇਆ ਬੰਦਾ ਆਤਮਕ ਤੌਰ ਤੇ ਖਤਮ ਹੋ ਜਾਂਦਾ ਹੈ ਰਾਤੀ ਦਿਨੇ ਚਿੰਤਾਵਾਂ ਵਿੱਚ ਝੋਰਿਆਂ ਵਿੱਚ ਹੀ ਜ਼ਿੰਦਗੀ ਲੰਘਦੀ ਰਹਿੰਦੀ ਹੈ ਜਾ ਕਹਿ ਰਦਾ ਹੋਤ ਭਾਉ ਬੀਆ ਵਾਹਿਗੁਰੂ ਜੀ ਨੂੰ ਵਿਸਾਰ ਕੇ ਬੀਆ ਕਹਿੰਦੇ ਨੇ ਨੰਬਰ 2 ਆ ਜਿਹੜੀ ਮਾਇਆ ਛਾਇਆ ਸੰਸਾਰ ਦਾ ਲੈਣਾ ਦੇਣਾ ਇੱਥੇ ਹੀ ਮੇਰਾ ਸਭ ਕੁਝ ਹੈ ਮਾਇਆ ਨਾਲ ਹੀ ਜੁੜੇ ਰਹਿਣਾ ਦੁਨੀਆ ਨਾਲ ਹੀ ਜੁੜੇ ਰਹਿਣਾ ਇਹ ਦੂਜਾ ਭਾਉ ਹੈ ਅਸਲ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ ਹੁਕਮ ਹਨ ਅਗੋਂ ਜਪ ਆਦ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹਨਾਂ ਨੂੰ ਜਪਿਆ ਕਰ ਵਾਹਿਗੁਰੂ ਜੀ ਨੂੰ ਸਤ ਨਾਮ ਜੀ ਨੂੰ ਫੇਰੇ ਸਦੂਜੇ ਭਾਉ ਵਿੱਚੋਂ ਰਹੇਗਾ ਦੁਨੀਆ ਵਿੱਚ ਪਰ ਬਚ ਕੇ ਰਹੇਗਾ ਤੇਰੇ ਪਾਪ ਜਿਹੜੇ ਹਨ ਅਪਰਾਧ ਜਿਹੜੇ ਹਨ ਗਲਤੀਆਂ ਜਿਹੜੀਆਂ ਹਨ ਕਾਮ ਕ੍ਰੋਧ ਦੀਆਂ ਅੱਗਾ ਜਿਹੜੀਆਂ ਹਨ ਇਹਨਾਂ ਵਿੱਚ ਸੜਨ ਤੋਂ ਬਚ ਜਾਵੇਂਗਾ ਜਿਹੜਾ ਸਾਰਿਆਂ ਤੋਂ ਵੱਡਾ ਵੈਰੀ ਹੈ ਲੋਭ ਲੋਭੀ ਕਾਵਿ ਸਾਹੋ ਨਾ ਕੀਚ ਜੇ ਕਾਪਾਰ ਵਸਾਏ ਨਾਕਾਮ ਵੱਡਾ ਹੈ ਨਾ ਕਰੋਧ ਵੱਡਾ ਹੈ ਨਾ ਮੋਹ ਵੱਡਾ ਹੈ ਹੰਕਾਰ ਵੀ ਲੋਭ ਦੇ ਅੱਗੇ ਇੰਨਾ ਵੱਡਾ ਨਹੀਂ ਸਾਰਿਆਂ ਦਾ ਸਿਰਾ ਜਿਹੜਾ ਹੈ ਉਹ ਲੋਭ ਹੈ ਲੋਭ ਹੁੰਦਾ ਹੈ ਤਾਂ ਅੱਖਾਂ ਪਰਾਈ ਰੂਪ ਵੱਲ ਤੱਕਦੀਆਂ ਹਨ ਲੋਭ ਹੁੰਦਾ ਹੈ ਕ੍ਰੋਧ ਦੀ ਅੱਗ ਬਲ ਪੈਂਦੀ ਹੈ ਮੇਰੇ ਵਰਗਾ ਕੋਈ ਹੋਰ ਕੌਣ ਹੋ ਸਕਦਾ ਹੈ ਅਹੰਕਾਰ ਆ ਜਾਂਦਾ ਹੈ ਤੂ ਮੱਚ ਲੋਭ ਜਦੋਂ ਕਰਦਾ ਹੈ ਮੋਹ ਦਾ ਚੱਕੜ ਵੀ ਪਾ ਬੈੰਦਾ ਹੈ ਗੁਰੂ ਨੂੰ ਵਿਸਾਰ ਬੈੰਦਾ ਹੈ ਸਾਰਿਆਂ ਤੋਂ ਵੱਡਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਕਮ ਕਰਦੇ ਹਨ ਜੇ ਕਾਮਨਾ ਹੋਵੇ ਤੇ ਸੰਤਤ ਔਲਾਦ ਕਿੱਥੋਂ ਹੋਵੇ ਲੈ ਕੇ ਹੁਕਮ ਵਿੱਚ ਆਗਿਆ ਵਿੱਚ ਰਵੇ ਤੇ ਆਗਿਆ ਵਿੱਚ ਤਾਂ ਰਹਿ ਸਕਦੇ ਹਨ ਕਾਮ ਕ੍ਰੋਧ ਜੇ ਗੁਰੂ ਦਾ ਕਿਆ ਮੰਨੇ ਜੇ ਵਾਹਿਗੁਰੂ ਦਾ ਡਰ ਮਨ ਵਿੱਚ ਰੱਖੇ ਕਿਉਂਕਿ ਜਿਨ੍ਹਾਂ ਨੇ ਇਹ ਦੇਹ ਬਣਾਈ ਹੈ ਇਹ ਸਾਰਾ ਕੁਝ ਉਹਨਾਂ ਨੇ ਵਿੱਚ ਪਾਇਆ ਹੈ ਇਸ ਸਰੀਰ ਦੇ ਪਰ ਲੱਭ ਨੂੰ ਲੋਭ ਨੂੰ ਬੜਾ ਮਾੜਾ ਕਿਹਾ ਹੈ ਲੱਭ ਮਿਣਾ ਹੈ ਮਾਨਸਾ ਜਿਉ ਪਾਣੀ ਭੂਰ ਲੱਭ ਨੂੰ ਤਾਂ ਕੁੱਤਾ ਤੱਕ ਕਹਿ ਦਿੱਤਾ ਹੈ ਲੱਭ ਕੁੱਤਾ ਕੂੜ ਚੂੜਾ ਠੱਗ ਖਾਤਾ ਮੁਰਦਾਰ ਠੱਗੀ ਮਾਰ ਕੇ ਖਾਣੀ ਇਦਾਂ ਹੈ ਜਿਵੇਂ ਮੁਰਦਾ ਖਾ ਲਿਆ ਚੜ ਹੈ ਕਸਮ ਲ ਪਾਪ ਤੇਰੇ ਮਨਵਾ ਤੋਂ ਗੁਰੂ ਨੂੰ ਮੰਨਿਆ ਕਰ ਵਾਹਿਗੁਰੂ 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 ਆਖਿਆ ਕਰ ਸਤਨਾਮ ਸਤਨਾਮ ਆਖਿਆ ਕਰ ਮੂਲ ਮੰਤਰ ਪੜਿਆ ਕਰ ਤੇਰੇ ਪਾਪ ਛੱਡ ਜਾਣਗੇ ਜਿਵੇਂ ਕੱਪੜੇ ਨਾਲੋਂ ਮਿੱਟੀ ਘੱਟਾ ਛੰਡਕਾ ਮਾਰ ਕੇ ਝਾੜ ਲੈਂਦਾ ਹੈ ਸੇਵਾ ਕਰਕੇ ਸਿਮਰਨ ਕਰਕੇ ਸਾਰੇ ਵਿਕਾਰ ਜਿਹੜੇ ਹਨ ਆ ਜਿਹੜੀਆਂ ਅੱਗਾਂ ਤੋਂ ਹਨ ਕਾਮ ਤੇ ਕ੍ਰੋਧ ਦੀਆਂ ਤੂੰ ਲੋਭ ਛੱਡ ਦੇ ਨਾ ਲੋਭ ਹੋਵੇਗਾ ਲੋਭ ਨੂੰ ਸੀਮਾ ਵਿੱਚ ਰੱਖ ਅੰਡਰ ਕੰਟਰੋਲ ਰੱਖ ਤਾਂ ਅੱਖਾਂ ਮਾੜਾ ਨਹੀਂ ਦੇਖਣਗੀਆਂ ਤਾਂ ਕੰਨ ਮਾੜਾ ਨਹੀਂ ਸੁਣਨਗੇ ਤਾਂ ਪੈਰ ਮਾੜੇ ਪਾਸੇ ਨਹੀਂ ਚੱਲ ਜਾਣਗੇ ਇਹ ਜੋ ਜੋ ਕਰਵਾਉਂਦਾ ਹੈ ਲੋਭ ਕਰਵਾਉਂਦਾ ਹੈ ਇਸ ਕਰਕੇ ਲੱਭ ਬੜਾ ਕੁੱਤਾ ਹੈ ਲੱਭ ਕੁੱਤਾ ਪੜਿਆ ਕਰੋ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਇਹ ਤੇ ਇਦਾਂ ਦਾ ਹੈ ਸਾਰਾ ਪਾਣੀ ਜ਼ਿੰਦਗੀ ਦਾ ਖਰਾਬ ਕਰ ਦਿੰਦਾ ਹੈ ਲੱਭ ਵੇਣਾ ਹੈ ਮਾਨਸਾ ਜਿਉ ਪਾਣੀ ਬੂਰ ਤੇ ਬੂਰ ਵਾਲਾ ਪਾਣੀ ਹਰਿਆਵਲ ਜੰਮੀ ਹੁੰਦੀ ਏ ਪਤਾ ਨਹੀਂ ਕੀ ਜੰਮਿਆ ਹੁੰਦਾ ਕੋਈ ਘੁੱਟ ਵੀ ਨਹੀਂ ਪਰਦਾ ਕਹਿੰਦਾ ਇਹ ਖਰਾਬ ਹੈ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਹੈ ਲੋਭੀ ਬੰਦੇ ਦੀ ਜਦੋਂ ਹੱਦੋਂ ਵੱਧ ਲੋਭ ਕਰਦਾ ਹੈ ਦੁਨੀਆ ਕਹਿੰਦੀ ਹੈ ਸਭ ਤੋਂ ਬਾੜਾ ਕਾਮ ਹੈ ਪਰਤਾਨ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਦੇ ਹਨ ਜਨਮ ਸਾਖੀ ਵਿੱਚ ਵੀ ਭਾਈ ਬਾਲਾ ਜੀ ਵਾਲੀ ਵਿੱਚ ਵੀ ਕਿ ਸਾਰਿਆਂ ਤੋਂ ਬੁਰਾ ਲੋਭ ਹੈ ਲੋਭ ਤੇ ਕਾਬੂ ਪਾਓ ਆਪ ਪੜਿਆ ਕਰੋ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਆ ਦਾਸ ਵੱਲੋਂ ਵੀ ਜਨਮ ਸਾਖੀ ਵਿੱਚੋਂ ਕਈ ਸਾਖੀਆਂ ਭਰੀਆਂ ਹੋਈਆਂ ਹਨ ਉਹਦੇ ਵਿੱਚੋਂ ਵੀ ਸਰਮਣ ਦੇ ਮਨ ਕਰੇ ਤੇ ਕਰ ਲਿਆ ਕਰੋ ਉਥੇ ਵੀ ਦਾਸ ਨੇ ਜਨਮ ਸਾਖੀ ਵਿੱਚੋਂ ਪੜ੍ਹ ਦਿੱਤਾ ਹੈ ਜਿਨ੍ਹਾਂ ਜਿਨ੍ਹਾਂ ਨਾਲ ਵੀ ਮੇਲ ਹੋਏ ਹਨ ਸਤਿਗੁਰਾਂ ਨੇ ਉਹਨਾਂ ਨੇ ਪ੍ਰਸ਼ਨ ਕੀਤੇ ਸਨ ਸਤਿਗੁਰ ਜੀ ਸਭ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ ਬੁਰਾ ਕੌਣ ਹੈ ਮਹਾਰਾਜ ਨੇ ਫਿਰ ਉਥੇ ਉਨਾ ਨਵਿਸਥਾਰਪੂਰਵਕ ਸਮਝਾਇਆ ਕਿ ਸਾਰਿਆਂ ਦਾ ਮੋਢ ਲੋਭ ਹੈ ਨਾਮ ਜਪਿਆ ਕਰ ਤੇਰੇ ਪਾਪ ਝੜ ਜਾਣਗੇ ਚਰ ਹੈ ਕ ਸੰਭਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਅੰਮ੍ਰਿਤ ਰੂਪੀ ਕਥਾ ਵਾਹੀ ਗੁਰੂ ਦੀ ਸੁਣਿਆ ਕਰ ਸਾਧ ਸੰਗਤ ਵਿੱਚ ਸੰਤਾਂ ਨਾਲ ਸੰਗ ਕਰਿਆ ਕਰ ਇਨਾ ਕੰਨਾਂ ਨਾਲ ਸੁਣਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਚਰ ਹੈ ਕਾਮ ਕ੍ਰੋਧ ਦ੍ਰਿਸ਼ਟਾਈ ਇਹ ਕਾਮ ਕ੍ਰੋਧ ਜਿਹੜੇ ਹਨ ਛਾੜ ਪੈਣਗੇ ਉਹਨੇ ਕ ਰਹਿ ਜਾਣਗੇ ਜਿਹਦੇ ਨਾਲ ਤੇਰੀ ਸੰਤਤ ਉਲਾਦ ਤੱਕ ਤੇਰਾ ਜੋੜ ਰਹਿ ਜਾਵੇ ਚਰ ਹੈ ਕਾਮ ਕ੍ਰੋਧ ਦ੍ਰਿਸ਼ਟਾਈ ਆ ਦੁਸ਼ਟਾਂ ਵਾਲਾ ਸੁਭਾਅ ਜਿਹੜਾ ਹੈ ਵੇਖ ਖਤਮ ਹੋ ਜਾਵੇਗਾ ਤੂੰ ਨਾਮ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਪਰੇ ਤਾਂ ਬਖਸ਼ਿਸ਼ ਹੁੰਦੀ ਹੈ ਜੇ ਤਰਲੇ ਮਨ ਤਾਂ ਕਰੇ ਅਰਦਾਸਾਂ ਕਰੇ ਨਾਨਕ ਜਾ ਕੋ ਕਿਰਪਾ ਗੋਸਾਈਂ ਜੇ ਗੋਸਾਈਂ ਦੀ ਕਿਰਪਾ ਹੋਵੇ ਗੋਸਾਈਂ ਨਾਮ ਪਰਮੇਸ਼ਰ ਜੀ ਦਾ ਹੈ ਮਾਲਕ ਦਾ ਹੈ ਵਾਹਿਗੁਰੂ ਜੀ ਦਾ ਹੈ ਜੋ ਤੇਰੇ ਅੰਦਰ ਵਸ ਰਿਹਾ ਹੈ ਤੂੰ ਆਪ ਹੀ ਖਲਾਰਾ ਪਾ ਲਿਆ ਹੈ ਜਿਸ ਕਰਕੇ ਤੈਨੂੰ ਤੇਰੇ ਵਾਹਿਗੁਰੂ ਤੇਰੇ ਅੰਦਰੋਂ ਤੈਨੂੰ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਨੇ ਢੂੰਡਿਆ ਹੈ ਆਸਾ ਮਹਿਲਾ ਚੌਥਾ ਗੁਰਮੁਖ ਢੂੰਡ ਢੂੰਡਿੰਦਿਆਂ ਹਰ ਸਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਐਸੇ ਦੇਹ ਦੇ ਵਿੱਚੋਂ ਕਾਇਆ ਦੇ ਵਿੱਚੋਂ ਲੱਭ ਲਿਆ ਤਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਮੰਨ ਕੇ ਗੁਰਬਾਣੀ ਨੂੰ ਮੰਨ ਕੇ ਸਮਾ ਹੋ ਗਿਆ ਹੈ ਸਾਧ ਸੰਗਤ ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਟਸ ਯੂਕੇ ਤੋਂ ਇੱਕ ਕਥਾ ਕੀਤੀ ਹੈ ਬੜੀਆਂ ਪੁੱਲਾਂ ਹੋ ਗਈਆਂ ਹਨ ਤੁਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਰੱਬ ਦਾ ਰੂਪ ਹੈ ਦਾਸ ਨੂੰ ਖਿਮਾ ਕਰਦੇ ਹੋ ਨਾਮ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ